ਅਜਿਹਾ ਮੰਨਿਆ ਜਾਂਦਾ ਹੈ ਜੋ ਲੋਕ ਰੋਜ਼ਾਨਾ ਫਲਾਂ ਦਾ ਇਸਤੇਮਾਲ ਕਰਦੇ ਹਨ ਸਾਰੀ ਜ਼ਿੰਦਗੀ ਉਹਨਾਂ ਨੂੰ ਦਵਾਈਆਂ ਖਾਣ ਦੀ ਲੋੜ ਨਹੀਂ ਪੈਂਦੀ। ਫਲਾਂ ਦੇ ਅੰਦਰ ਹਰ ਤਰ੍ਹਾਂ ਦੇ ਵਿਟਾਮਿਨ, ਮਿਨਰਲ, ਐਂਟੀਆਕਸੀਡੈਂਟ ਅਤੇ ਫਾਈਬਰ ਹੁੰਦੇ ਹਨ ਜੋ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ। ਪਰ ਕੀ ਤੁਸੀਂ ਇਹ ਗੱਲ ਜਾਣਦੇ ਹੋ, ਹਰ ਫਲ ਨੂੰ ਖਾਣ ਦਾ ਸਹੀ ਸਮਾਂ ਅਤੇ ਸਹੀ ਮੌਸਮ ਹੁੰਦਾ ਹੈ। ਜੇ ਇਸ ਸੰਸਾਰ ਫਲ ਨਾ ਖਾਧੇ ਜਾਣ, ਇਹਨਾਂ ਨੂੰ ਖਾਣਾ ਨਾ ਖਾਣਾ ਇੱਕ ਬਰਾਬਰ ਹੁੰਦਾ ਹੈ। ਕੁਝ ਫਲ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਖਾਣ ਤੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਫਲ ਗਲਤ ਤਰੀਕੇ ਨਾਲ ਖਾਣ ਤੇ ਸਰੀਰ ਵਿੱਚ ਐਸੀਡਿਟੀ, ਬਦਹਜ਼ਮੀ, ਵਾਲਾਂ ਦਾ ਝੜਨਾ ਅਤੇ ਸਕਿਨ ਰਿਲੇਟਡ ਪ੍ਰੋਬਲਮਾਂ ਹੋ ਸਕਦੀਆਂ ਹਨ। ਇਸ ਲਈ ਫਲਾਂ ਨੂੰ ਖਾਣ ਦਾ ਸਹੀ ਤਰੀਕਾ ਅਤੇ ਸਹੀ ਸਮੇਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੀ ਵੀਡੀਓ ਵਿੱਚ ਜਾਣਾਂਗੇ ਫਲਾਂ ਤੋਂ ਪੂਰੇ ਫਾਇਦੇ ਲੈਣ ਲਈ ਉਹਨਾਂ ਨੂੰ ਕਦੋਂ ਅਤੇ ਕਿਸ ਸਮੇਂ ਖਾਣਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਫਲ ਖਾਣਾ। ਰਾਤ ਦੇ ਸਮੇਂ ਸਾਡਾ ਡਾਈਜੈਸ਼ਨ ਸਿਸਟਮ ਸਲੋਅ ਹੋ ਜਾਂਦਾ ਹੈ। ਫਲਾਂ ਅੰਦਰ ਕੁਦਰਤੀ ਸ਼ੂਗਰ ਹੁੰਦੀ ਹੈ। ਰਾਤ ਦੇ ਸਮੇਂ ਆਸਾਨੀ ਨਾਲ ਅਸੀਂ ਇਸ ਨੂੰ ਨਹੀਂ ਪਚਾ ਸਕਦੇ। ਬਲੱਡ ਸ਼ੂਗਰ ਸਾਡਾ ਅਨਬੈਲੈਂਸ ਰਹਿਣ ਲੱਗ ਜਾਂਦਾ ਹੈ। ਜੇ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ, ਸੌਣ ਤੋਂ ਠੀਕ ਪਹਿਲਾਂ ਫਲਾਂ ਦਾ ਯੂਜ਼ ਨਾ ਕਰੋ। ਅਜਿਹਾ ਕਰਨ ਤੇ ਤੁਹਾਡਾ ਵਜ਼ਨ ਵੱਧ ਵੀ ਸਕਦਾ ਹੈ। ਜੋ ਲੋਕ ਪਹਿਲਾਂ ਤੋਂ ਬਦਹਜ਼ਮੀ ਦਾ ਸ਼ਿਕਾਰ ਹਨ, ਸੌਣ ਤੋਂ ਪਹਿਲਾਂ ਜੇ ਉਹ ਫਲ ਖਾਣਗੇ ਤਾਂ ਬਦਹਜ਼ਮੀ ਦੀ ਸਮੱਸਿਆ ਹੋਰ ਵੀ ਵੱਧ ਜਾਵੇਗੀ। ਪਾਈਨਐਪਲ ਅਤੇ ਸੰਤਰੇ ਵਰਗੇ ਫਲਾਂ ਵਿੱਚ ਐਸਿਡਿਕ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਹੈ। ਰਾਤ ਨੂੰ ਇਸਤੇਮਾਲ ਕਰਨ ਨਾਲ ਗਲਾ ਖਰਾਬ ਅਤੇ ਐਸਿਡਿਟੀ ਹੋ ਸਕਦੀ ਹੈ। ਪਹਿਲਾਂ ਤੋਂ ਹੀ ਕੱਟੇ ਹੋਏ ਫਲ ਖਾਣਾ। ਅੱਜ ਕੱਲ੍ਹ ਬਾਜ਼ਾਰਾਂ ਵਿੱਚ ਪਹਿਲਾਂ ਤੋਂ ਹੀ ਕੱਟੇ ਹੋਏ ਫਲ ਪੈਕ ਕਰਕੇ ਮਿਲਣ ਲੱਗ ਗਏ ਹਨ। ਕਈ ਲੋਕ ਤਾਂ ਦੁਪਹਿਰ ਦੇ ਲੰਚ ਲਈ ਘਰ ਤੋਂ ਹੀ ਫਲ ਸਵੇਰ ਦੇ ਸਮੇਂ ਕੱਟ ਕੇ ਲੈ ਜਾਂਦੇ ਹਨ, ਪਰ ਫਲਾਂ ਨੂੰ ਕੱਟ ਕੇ ਲੰਬਾ ਸਮਾਂ ਰੱਖਣ ਤੇ ਉਹਨਾਂ ਦੀ ਨਿਊਟ੍ਰੀਸ਼ਨਲ ਵੈਲਿਊ ਖਤਮ ਹੋ ਜਾਂਦੀ ਹੈ। ਫਲਾਂ ਦੇ ਉੱਪਰਲੇ ਛਿਲਕੇ ਉਹਨਾਂ ਨੂੰ ਬਾਹਰ ਦੀ ਮੌਸਮ ਅਤੇ ਹਵਾ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਜੇ ਫਲ ਪਹਿਲਾਂ ਤੋਂ ਹੀ ਕੱਟ ਦਿੱਤੇ ਜਾਣਗੇ ਤਾਂ ਉਹਨਾਂ ਦੀ ਪ੍ਰੋਟੈਕਸ਼ਨ ਲੇਅਰ ਖਤਮ ਹੋ ਜਾਵੇਗੀ। ਅਕਸਰ ਦੇਖਿਆ ਹੋਵੇਗਾ ਜੇ ਸੇਬ ਨੂੰ ਕੱਟ ਕੇ ਰੱਖ ਦਿੱਤਾ ਜਾਵੇ, ਥੋੜ੍ਹੇ ਹੀ ਸਮੇਂ ਬਾਅਦ ਉਸ ਦਾ ਰੰਗ ਤਬਦੀਲ ਹੋ ਜਾਂਦਾ ਹੈ। ਇਸ ਲਈ ਫਲਾਂ ਨੂੰ ਕੱਟਣ ਦੇ 20 ਮਿੰਟ ਦੇ ਅੰਦਰ ਅੰਦਰ ਉਹਨਾਂ ਨੂੰ ਖਾ ਲੈਣਾ ਚਾਹੀਦਾ ਹੈ। ਫਰੂਟ ਜੂਸ। ਫਲਾਂ ਦੇ ਅੰਦਰ ਹਰ ਉਹ ਨਿਊਟ੍ਰੀਐਂਟ ਹੁੰਦਾ ਹੈ ਜਿਸ ਦੀ ਸਾਡੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ, ਪਰ ਜੂਸ ਬਣਾਉਂਦੇ ਸਮੇਂ ਵੇਸਟ ਦੇ ਰੂਪ ਵਿੱਚ ਬਹੁਤ ਸਾਰੇ ਨਿਊਟ੍ਰੀਐਂਟ ਅਤੇ ਵਿਟਾਮਿਨ ਨਿਕਲ ਜਾਂਦੇ ਹਨ। ਫਾਈਬਰ ਫਰੂਟਸ ਦਾ ਸਭ ਤੋਂ ਸਿਹਤਮੰਦ ਪਾਰਟ ਹੈ। ਸਾਡਾ ਡਾਈਜੈਸ਼ਨ ਠੀਕ ਰੱਖਣ ਦੇ ਨਾਲ ਨਾਲ ਸਾਡਾ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਅਤੇ ਕੋਲੈਸਟ੍ਰੋਲ ਦਾ ਲੈਵਲ ਵੀ ਕੰਟਰੋਲ ਵਿੱਚ ਰੱਖਦਾ ਹੈ। ਫਾਈਬਰ ਸਾਡਾ ਵਜ਼ਨ ਵੀ ਕੰਟਰੋਲ ਰੱਖਦਾ ਹੈ। ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ, ਫਰੂਟ ਜੂਸ ਦੀ ਬਜਾਏ ਹਮੇਸ਼ਾ ਫਰੂਟਸ ਖਾਓ। ਲੋਕਲ ਫਰੂਟਸ ਦੀ ਬਜਾਏ ਇੰਪੋਰਟਡ ਫਰੂਟਸ ਖਾਣਾ। ਅੱਜ ਕੱਲ੍ਹ ਬਾਜ਼ਾਰਾਂ ਵਿੱਚ ਬਾਹਰ ਦੇ ਦੇਸ਼ਾਂ ਵਿੱਚ ਪੈਦਾ ਹੋਣ ਵਾਲੇ ਫਲ ਮਿਲਣ ਲੱਗ ਗਏ ਹਨ, ਪਰ ਬਹੁਤ ਸਾਰੇ ਲੋਕਲ ਫਰੂਟ ਸੀਜ਼ਨਲ ਫਰੂਟ ਤੋਂ ਜ਼ਿਆਦਾ ਪੌਸ਼ਟਿਕ ਹੁੰਦੇ ਹਨ। ਇਹਨਾਂ ਫਲਾਂ ਦੇ ਅੰਦਰ ਨਿਊਟ੍ਰੀਐਂਟ ਤਾਂ ਹੁੰਦੇ ਹਨ, ਪਰ ਜ਼ਿਆਦਾ ਫਾਇਦਾ ਉਹਨਾਂ ਲੋਕਾਂ ਨੂੰ ਹੀ ਮਿਲਦਾ ਹੈ ਜੋ ਉਸ ਮੌਸਮ ਵਿੱਚ ਰਹਿੰਦੇ ਹਨ ਜਿੱਥੇ ਇਹ ਪੈਦਾ ਹੁੰਦੇ ਹਨ। ਦੂਜੇ ਦੇਸ਼ਾਂ ਵਿੱਚ ਫਲ ਪਹੁੰਚਣ ਤੇ ਸਮਾਂ ਲੱਗ ਜਾਂਦਾ ਹੈ। ਜ਼ਿਆਦਾ ਲੰਬੇ ਸਮੇਂ ਤੱਕ ਰੱਖੇ ਰਹਿਣ ਤੇ ਇਹਨਾਂ ਦੀ ਨਿਊਟ੍ਰੀਸ਼ਨਲ ਵੈਲਿਊ ਦੇ ਵਿੱਚ ਕਮੀ ਆ ਜਾਂਦੀ ਹੈ। ਬਹੁਤ ਜ਼ਿਆਦਾ ਫਲ ਖਾਣਾ। ਕਈ ਲੋਕ ਹੈਲਦੀ ਡਾਈਟ ਦੇ ਚੱਕਰ ਵਿੱਚ ਜ਼ਿਆਦਾ ਫਲ ਖਾਣਾ ਸ਼ੁਰੂ ਕਰ ਦਿੰਦੇ ਹਨ। ਫਲਾਂ ਦੇ ਵਿੱਚ ਫਰਕਟੋਜ਼ ਨਾਮ ਦੀ ਸ਼ੂਗਰ ਹੁੰਦੀ ਹੈ। ਰਿਸਰਚ ਮੁਤਾਬਕ ਫਰਕਟੋਜ਼ ਲੋੜ ਤੋਂ ਜ਼ਿਆਦਾ ਖਾਣ ਨਾਲ ਅੰਤੜੀਆਂ ਵਿੱਚ ਇਨਫੈਕਸ਼ਨ ਪੈਦਾ ਕਰ ਸਕਦੀ ਹੈ, ਜਿਸ ਕਾਰਨ ਪੇਟ ਵਿੱਚ ਗੈਸ ਅਤੇ ਛਾਤੀ ਵਿੱਚ ਜਲਨ ਹੋਣ ਲੱਗ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਫਲ ਖਾਣਾ। ਖਾਣਾ ਖਾਣ ਤੋਂ ਬਾਅਦ ਕਦੇ ਫਲ ਨਹੀਂ ਖਾਣੇ ਚਾਹੀਦੇ। ਫਲਾਂ ਦੇ ਅੰਦਰ ਫਰਕਟੋਜ਼ ਅਤੇ ਫਾਈਬਰ ਹੁੰਦਾ ਹੈ। ਬਹੁਤ ਜਲਦੀ ਇਹ ਹਜ਼ਮ ਹੋ ਜਾਂਦਾ ਹੈ। ਇਸ ਦੇ ਉਲਟ ਖਾਣੇ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਫੈਟ ਜਲਦੀ ਹਜ਼ਮ ਨਹੀਂ ਹੁੰਦੇ, ਜਿਸ ਕਰਕੇ ਸਾਡਾ ਡਾਈਜੈਸਟਿਵ ਸਿਸਟਮ ਕਮਜ਼ੋਰ ਹੋਣ ਲੱਗ ਜਾਂਦਾ ਹੈ। ਫਲ ਕਦੋਂ ਖਾਣੇ ਚਾਹੀਦੇ ਹਨ? ਫਲ ਖਾਣ ਦਾ ਸਹੀ ਸਮਾਂ ਸਵੇਰ ਦੇ ਸਮੇਂ ਖਾਲੀ ਪੇਟ ਜਾਂ ਖਾਣਾ ਖਾਣ ਤੋਂ 1 ਘੰਟੇ ਬਾਅਦ ਮੰਨਿਆ ਜਾਂਦਾ ਹੈ। ਸਵੇਰੇ ਖਾਲੀ ਪੇਟ ਫਲ ਖਾਣ ਨਾਲ ਸਾਰਾ ਦਿਨ ਸਾਨੂੰ ਭੋਜਨ ਪਚਾਉਣ ਦੇ ਲਈ ਜ਼ਰੂਰੀ ਫਾਈਬਰ ਮਿਲ ਜਾਂਦਾ ਹੈ। ਸਵੇਰੇ ਖਾਲੀ ਪੇਟ ਫਲ ਖਾਣ ਵਾਲੇ ਲੋਕਾਂ ਦੀ ਸਕਿਨ ਦੇ ਉੱਤੇ ਗਲੋ ਵੀ ਰਹਿੰਦਾ ਹੈ। ਇਸ ਤੋਂ ਬਿਨਾਂ ਚੰਗੀ ਸਿਹਤ ਦੇ ਲਈ ਅਲੱਗ ਅਲੱਗ ਰੰਗਾਂ ਦੇ ਫਲ ਖਾਓ। ਕਦੇ ਵੀ 1 ਰੰਗ ਦੇ ਫਲ ਦੇ ਉੱਤੇ ਜ਼ਿਆਦਾ ਜ਼ੋਰ ਨਾ ਦਿਓ। ਅਲੱਗ ਅਲੱਗ ਫਲਾਂ ਦੇ ਵਿੱਚ ਅਲੱਗ ਅਲੱਗ ਨਿਊਟ੍ਰੀਐਂਟ ਹੁੰਦੇ ਹਨ ਜੋ ਸਾਡੇ ਸਰੀਰ ਦੀ ਹਰ ਲੋੜ ਨੂੰ ਪੂਰਾ ਕਰਦੇ ਹਨ। ਉਮੀਦ ਹੈ ਵੀਡੀਓ ਚੰਗਾ ਲੱਗਿਆ ਹੋਵੇਗਾ। ਜੇ ਚੰਗਾ ਲੱਗਿਆ ਹੋਵੇ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਲਾਈਕ ਸ਼ੇਅਰ ਜ਼ਰੂਰ ਕਰੋ। ਵੀਡੀਓ ਦੇਖਣ ਲਈ ਧੰਨਵਾਦ।